हेलो जी, वेलकम बैक टू माय चैनल आई हरि ब्लॉग्स। सो आ कुड़ी ने हफ्ता हो गया बर्शनी कीता ही ते हुण ब्याह दे देण चल रही है। ये बर्शनी करन आ गई हुण। होर साहब जी सारे किवें हो? ठीक ठाक हो? ते अपनी भैण दा रिहा ब्याह ते तुसीं आपां ब्लॉगिंग स्टार्ट करती हैगी ते तुहानूं सारे ब्लॉग च दिखावांगे किवें तों किवें हुंदा ब्याह सारा। ते आओ तुहानूं दिखाउंदे अपना घर किवें रेडी हो रिहागा। आ जा आ जा, धोला मूँह धोला मूँह। ਇਹ ਕੁੜੀ ਨੇ ਹਫ਼ਤਾ ਹੋ ਗਿਆ ਬੁਰਸ਼ ਨਹੀਂ ਕੀਤੀ, ਹੁਣ ਵਿਆਹ ਆ ਗਿਆ ਤਾਂ ਧੋ ਰਹੀ ਹੈ ਮੂੰਹ। ਠੀਕ ਹੈ ਜੀ, ਚਲ ਦਿਖਾਉਂਦੇ ਆਪਾਂ ਤੁਹਾਨੂੰ ਆਪਣਾ ਘਰ। ਸੋ ਆਪਣਾ ਘਰ ਹੋ ਗਿਆ ਚੁੱਕਿਆ ਰੈਡੀ ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਅੰਦਰ। ਬਾਕੀ ਸਮਾਨ ਸਾਰਾ ਖਿੰਡਿਆ ਪਿਆ ਗਾ। ਆਹ ਮੇਰੀ ਕੁੱਬੇ ਵਾਲੀ ਭੂਆ, ਭੂਆ ਕੀ ਕਰੀ ਜਾਂਦੀ ਹੈਗੀ? ਇਹ ਠੀਕ ਹੈ, ਲੱਗੀ ਰਹਿ ਕੰਮ ਦੇ, ਡਟੀ ਰਹਿ, ਚੰਗਾ ਡਟੀ ਰਹਿ, ਠੀਕ ਹੈ ਕੰਮ ਤੇ। ਹਾਂ, ਰੂਮ ਵੀ ਹੋ ਚੁੱਕਣੇ ਰੈਡੀ, ਬਾਬੇ ਵਾਲਾ ਰੂਮ ਵੀ ਹੋ ਚੁੱਕਿਆ ਰੈਡੀ ਤੇ ਹਾਂ ਵੀ ਕੀ ਕਰੀ ਜਾਂਦਾ ਗਾ? ਲੈ ਮੈਨੂੰ ਵੀ ਆ ਕੇ ਦਿਖਾ ਦੇ ਢੋਲਕੀ ਕਿਵੇਂ ਵੱਜਦੀ ਹੈਗੀ। ਚੰਗਾ ਗਾਣਾ ਤਾਂ ਗਾ ਕੇ ਦਿਖਾ ਦੇ ਫਿਰ। ਉਹੀ ਝਾਂਜਰ ਗਵਾਚ ਗਿਰੀ ਆਏ, ਢੋਲਕੀ ਤੋਂ ਬਿਨਾਂ ਗਾ ਕੇ ਸੁਣਾ। ਇੱਧਰ ਦੇਖ ਕੇ, ਇੱਧਰ ਦੇਖ ਕੇ। ਅੱਛਾ, ਹੋਰ ਕੋਈ ਗਾਣਾ ਆਉਂਦਾ ਨਹੀਂ ਗਾ? ਬਸ ਠੀਕ ਹੈ ਜੀ। ਸਾਡੀ ਰਾਮਨੂਰ ਕੌਰ ਘਰਦਿਆਂ ਦਾ ਸਭ ਤੋਂ ਪਿਆਰਾ ਜਵਾਕ ਅਤੇ ਸ਼ਰਾਰਤੀ ਵੀ ਬਹੁਤ ਹੈਗਾ, ਹੈਨਾ ਰਹਿਮੇ? ਸ਼ਰਾਰਤੀ ਵੀ ਇਹਨਾਂ ਨੂੰ? ਹਾਂਜੀ, ਸ਼ਰਾਰਤੀ ਵੀ ਹੈਗਾ ਅਤੇ ਬਾਕੀ ਜੀ ਲਵਾਈ ਰੱਖਦਾ, ਘਰ ਦੀ ਰੌਣਕ ਹੈ ਇਹ। ਅਤੇ ਤੁਸੀਂ ਇਹਨੂੰ ਇੰਸਟਾ ਅਕਾਊਂਟ 'ਤੇ ਵੀ ਫੋਲੋ ਕਰ ਸਕਦੇ ਹੋ, ਰਾਮਨੂਰ ਕੌਰ ਦੇ ਨਾਂ 'ਤੇ ਪੇਜ ਹੈ ਇਹਦਾ। ਅਤੇ ਸੋ ਮਿਲਦੇ ਆ ਤੁਹਾਨੂੰ ਅੱਗੇ। ਚਲੋ ਜੀ, ਹੋਰ ਫਿਰ ਕਮਲ ਕੀ ਹੋ ਗਿਆ ਸੀਗਾ ਹੁਣ ਅੰਦਰ? ਹੁਣੀ ਕਮਲ ਦੇ ਗਾਲਾਂ ਪੈ ਕੇ ਹਟੀਆਂ ਨੇ ਇੱਥੇ, ਫੋਨ ਨਹੀਂ ਛੱਡਦੀ ਸੀ। ਇਹ ਹੈ ਜੀ ਮੇਰੀ ਮਾਸੀ ਦੀ ਕੁੜੀ, ਇਹ ਬੇਇੱਜ਼ਤੀ ਕਰਾਉਣ ਲਈ ਚੱਲੀ ਹੈਗੀ। ਭੱਗ ਜਾਏ ਭੱਗ ਜਾ। ਅਤੇ ਆਪਣੇ ਘਰ ਚੱਲ ਰਿਹਾ ਹੁਣ ਕੰਮ, ਤੁਹਾਨੂੰ ਦਿਖਾਉਂਦੇ ਹਾਂ ਕਿ ਅੰਦਰ ਗਰਿੱਲ ਲੱਗੀ ਜਾ ਰਹੀ ਹੈਗੀ। ਦੇਖੋ ਚੱਲੀ ਜਾ ਰਿਹਾ ਕੰਮ ਘਰ ਗਰਿੱਲ ਦਾ। ਸੋ ਤਿਆਰੀਆਂ ਸਾਰੇ ਚੱਲ ਰਹੀਆਂ ਨੇ ਗੀਆਂ। ਸੋ ਬਾਬੇ ਉਹ ਰਾਤ ਹੋ ਚੁੱਕਿਆ, ਲੇਡੀ ਸੰਗੀਤ ਹੋ ਚੁੱਕਿਆ ਚਾਲੂ, ਤੁਹਾਨੂੰ ਦਿਖਾਉਂਦੇ ਹਾਂ। ਦੂਜਾ ਅਤੇ ਕੱਲ੍ਹ ਨੂੰ ਹੈਗੀ ਆ ਜਾਗੋ ਅਤੇ ਪਰਸ ਨੂੰ ਹੈਗਾ ਵਿਆਹ, ਠੀਕ ਹੈ ਕਿ ਨਹੀਂ? ਕਿਉਂ ਬੂਆ, ਠੀਕ ਹੈ ਕਿ ਨਹੀਂ? ਮੈਂ ਸੋਹਣਾ ਹੀ ਨਹੀਂ ਲੱਗੀ ਜਾਂਦਾ, ਮੈਂ ਮੂੰਹ ਦੀ ਬੇਇੱਜ਼ਤੀ ਕਰੀ ਜਾਂਦੇ ਹੈਗੇ। ਨਾ ਤੁਹਾਨੂੰ ਤਰਾ ਨਹੀਂ, ਅੱਜ ਬਿਨਾਂ ਨਾਤੀ ਸੋਹਣੇ ਹੈਗੇ, ਟਾਈਮ ਹੀ ਨਹੀਂ ਲੱਗਿਆ ਆਪਾਂ ਕੀ ਕਰੀਏ। ਅੱਛਾ ਅੱਛਾ, ਠੀਕ ਹੈ ਠੀਕ ਹੈ। ਅਤੇ ਨਾਤੇ ਨੂੰ ਉੱਤੇ ਤਾਂ ਹੈ ਨਹੀਂ ਆਪਾਂ, ਸੋ ਟੈਂਟ ਦੇ ਤਿਆਰੇ ਵੀ ਚੱਲੀ ਜਾ ਰਹੇ ਨੇ ਸਾਰੀਆਂ। ਅਤੇ ਤੁਹਾਨੂੰ ਦਿਖਾਉਂਦੇ ਹਾਂ ਟੈਂਟ ਕਿਵੇਂ ਲੱਗਿਆ ਗਾ। ਟੈਂਟ ਸਾਰਾ ਲੱਗ ਚੁੱਕਿਆ ਗਾ, ਬਾਕੀ ਹਜੇ ਰੈਡੀ ਹੋਣਾ ਗਾ, ਥੋੜ੍ਹਾ ਜਿਹਾ ਰੈਡੀ ਹੋ ਗਿਆ, ਕੱਲ੍ਹ ਨੂੰ ਹੈਗੇ ਜਾਗੋ। ਕੱਲ੍ਹ ਨੂੰ ਹੈਗੇ ਜਾਗੋ ਅਤੇ ਮਹਿੰਦੀ ਦੀਆਂ ਰਸਮਾਂ ਵੀ ਹੋ ਗਈਆਂ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਜਿਹੜੀ ਆਪਾਂ ਚੀਜ਼ ਤਿਆਰ ਕਰਾਈ ਹੈ, ਦਿਖਾਉਂਦੇ ਜੀ। ਦੇਖੋ ਬਾਬੇ ਉਹ ਆਹ ਸਟੈਂਡਿੰਗ ਫੋਟੋਆਂ ਤਿਆਰ ਕਰਾਈਆਂ ਨੇ ਆਪਾਂ। ਗਗਨ ਕਿਵੇਂ ਦਾ ਫੀਲ ਹੋ ਰਿਹਾ?
देखा मेहंदी लवाई ली है फिर हाँ देखो मेरे हाथ ते कर पाता इतना ना मैं पहले मिस्त्री रहा ना ता करके आज कैरी ऑन नो मत करो वीरे मत करो मैं मेहंदी लगानी है अपने घर से कोठी नीचे पानी चुप के बना और तू बाकी आ मेहंदी मेरी भाभी जी ने लाई है बट्टा इट्टा मेरे वीरो ने एक महीना लेट हुआ है एक महीना और लेट हो जाना इमोशनली मूवमेंट चल रहा है ना रिंकू है रिंकू इमोशनली मूवमेंट चल रहे हैं और बढ़िया तू दस हाँ जी गुड मॉर्निंग जी और सारे किमें हो तो अज है जागो तो तुम्हें दिखाने टेंट दिया जा रहा पूरे जोर जोर से चल रही ने अज जी हल्दी वाली रसम वाली स्टेज भी तैयार हो चुकी हैगी सो कमेंट करके जरूर दसो किमें बनी हैगी कट कर देंगे जी अखा तेरे 50 रुपए बजा दे मैं देख ला तू चल डांस वाला कर दिया एक तो चल नीचे दबड़ कड़ा चल आ तेरी चाय में सोनू अच्छी की जाए जाए हां जाए दे थ्रेडिंग हो रही है जी 50 रुपए बच रहे ने इतने का गिरा ले हुंदी हुंदी सारी करते है तू नानका मेल वीडियो बन दी है फोटो नहीं तेरे पोज बना के कट गई शर्म तो होनी चाहिए इन लेट आए नहीं जी ठीक हो जी हल्दी की रसम लई भैन हो जा रही है रेडी सो रेडी
ਰੈਡੀ ਹੋ ਕੇ ਆਪਾਂ ਮਿਲਦੇ ਆਂਗੇ ਠੀਕ ਹੈ ਜੀ ਆਮ ਛੋਟਾ ਮਾਮੇ ਦਾ ਮੁੰਡਾ ਹੈਗਾ ਮਾਮੇ ਫਿਰ ਤੁਸੀਂ ਯਾਰ ਇੰਨੀ ਲੇਟ ਕਿਉਂ ਹੋ ਗਏ ਯਾਰ ਜੈਲਾ ਰੁੱਸ ਗਿਆ ਜੀ ਕੀ ਗੱਲ ਹੈ ਜੈਲਾ ਸਸਰੀ ਗਾਲ ਬਣਾਉਣੀ ਭੁੱਲ ਗਏ ਸਸਰੀ ਗਾਲ ਬਣਾਉਣੀ ਭੁੱਲ ਗਏ ਮਾਰੇ ਮਲਾਜ ਬੰਦੇ ਨੇ ਉਹ ਤੁਸੀਂ ਐ ਨਾ ਕਰਿਆ ਕਰੋ ਉਹਨਾਂ ਦਾ ਪੈਰ ਹੀ ਹੱਥ ਲਾ ਕੇ ਮਿਲਿਆ ਕਰੋ ਉਹਨਾਂ ਨੂੰ ਮੈਂ ਸੁਣਿਆ ਕਹਿੰਦਾ ਤੁਸੀਂ ਕੱਪੜੇ ਨੂੰ ਦਿਵਾ ਦਿੱਤਾ ਵੀ ਕੱਪੜੇ ਨੂੰ ਦਵਾ ਕੇ ਲਿਆਉਂਦੇ ਹੈ ਰੁੱਸ ਗਏ ਦੀ ਹੋਰ ਦਵਾ ਚ ਇਹ ਆਪਣਾ ਜੀ ਬਰਨਾਲਾ ਸ਼ਹਿਰ ਇੱਥੇ ਇੱਕ ਗੱਲ ਹੈਗੀ ਇੱਥੇ ਜਾਮ ਬਹੁਤ ਲੱਗਦਾ ਗਾ ਚਲੋ ਕਿਰਪਾ ਕੀ ਅੱਜ ਵੀ ਜਾਮ ਨਹੀਂ ਲੱਗਿਆ ਇੱਧਰ ਹੀ ਖੜਦੇ ਚੌਂਕ ਸਹੀ ਨਹੀਂ ਹੈਗਾ ਇਹ ਸਹੀ ਨਹੀਂ ਹੈਗਾ ਚੌਂਕ ਇਹ ਜਿਹਦਾ ਦਿਲ ਕਰਦਾ ਉੱਧਰ ਦੀ ਚੱਲ ਵੜਦਾ ਗਾ ਇਹ ਮੈਂ ਪਹੁੰਚ ਗਿਆ ਬਰਨਾਲੇ ਤੇ ਉਹ ਭੂਆ ਦੀ ਕੁੜੀ ਨੂੰ ਮੈਂ ਛੱਡਣ ਜਾ ਰਿਹਾ ਜੀ ਉੱਥੇ ਪਾਰਲਰ ਦੇ ਲੋ ਜੀ ਆਪਾਂ ਕਰਾਉਣਾ ਗਏ ਹੁਣ ਕਟਿੰਗ ਆਪਣੇ ਹੀ ਸਲੂਨ ਤੇ ਸੋ ਟਾਈਮ ਹੀ ਨਹੀਂ ਲੱਗਿਆ ਤੇ ਕਟਿੰਗ ਕਰਾ ਕੇ ਚੱਲਦੇ ਆਪਾਂ ਹੁਣ ਜਾਗੋ ਚ
चल बबून तू की कहना दो खाएगा दो लिया कि आए दे करिए ना क्या कहना क्या दो लिया कि केड़े खाने रहमे आलू वाले खाने है हूं तो खाम हो गए पुत रात के बज गए 12 तो जग ने इंजॉय भी बहुत किया इमोशनल भी बहुत होए खंडार खंडा दिखाया सोनू फिनिश हो गया सारा काम इतने हाँ जी फिर किवें लगी जागो किवें लगी सनी फिर जागो क्या बात एंड है आई होप के तुसी भी इंजॉय किया होना गा तो हाँ भी बिंद्र ये दोवें मेरे मामे ने मुंडे नहीं दो दो आ बड़ा वो छोटा होर सुनाओ नवी ताजी कोई होर बड़े तुम सुना हे चैनल वेलकम टू माय ब्लॉग आई कि दो दो की लड़ा तू ਮੁੰਡਾ ਚਾਰ ਦੇ ਵਿੱਚ ਲੜੀ ਜਾਂਦੀ ਹੈਗੀ ਤੇ ਜੋ ਕੈਮਰੇ ਮੂਹਰੇ ਆ ਜੇ ਉਹਦੀ ਚੁੱਪ ਕਰ ਜਾਂਦੀ ਹੈ ਸਭ ਸਿਆਣੇ ਹੋਏ ਨੇ ਥਰੈਡਿੰਗ ਦੇਖ ਥਰੈਡਿੰਗ ਦੇਖਾਂ ਥਰੈਡਿੰਗ ਓਏ ਫਿਰ ਪੈਗ ਨਹੀਂ ਲਾਇਆ ਹਨਾ ਜੀ ਅੱਜ ਲਾਏ ਤਾਂ ਹੀ ਨੱਚੇ ਵਸੜੀ ਨਹੀਂ ਤਾਂ ਲੱਗਦਾ ਮਰੂਤੀ ਚਾਚੇ ਜਰਨਲ ਦੀ ਵੀਰਵਾਰ ਦਿਨ ਪ੍ਰੇਜ ਕਰ ਪਰਮਾਤਮਾ ਨੇ ਕਰ ਲਿਆ ਪ੍ਰੇਜ ਠੀਕ ਹੈ ਕਿ ਨਹੀਂ ਆ ਵੀ ਆਂਟੀ ਐ ਨਾ ਕਰਿਆ ਕਰ ਬਾਏ ਨਹੀਂ ਕਰਨੀ ਅਜੇ ਹਾਂ ਹੋਰ ਸੈਟ ਹੈ ਚਲ ਵਧੀਆ ਵਧੀਆ ਬੱਲੀ ਵਾਲਾ ਗਿਫਟ ਹੁਣ ਦੇਖਦੇ ਹਾਂ ਕੀ ਨਿਕਲਦਾ ਚੋਂ ਓ ਮਾਈ ਗੋਡ ਬੈਡ ਸ਼ੀਟ ਮੈਂ
ਬੈਡਸ਼ੀਟ ਹੈ ਹੁਣ ਤਾਂ ਕਹਿੰਦੇ ਨੀਂਦ ਆਉਂਦੀ ਓਏ ਮੈਂ ਸਾਰਾ ਮਠਿਆਈ ਨੂੰ ਗੇੜੇ ਦੇਈ ਜਾਂਦੇ ਹੋਗੇ ਠੀਕ ਆ ਸੋਡੇ ਤੇ ਬੈਠਾ ਕਿੰਨੇ ਕਿੰਨੇ ਖਾਂਦੇ ਖਾ ਲੋ ਖਾ ਲੋ ਨਹੀਂ ਖਾ ਲਾ ਸਰ ਮਿੱਠਾ ਖਾਂਦਾ ਨੀ ਆਹ ਚਾਰ ਤੱਕ ਲਾ ਲਿਆ ਆਪਣਾ ਖਾ ਕੇ ਹੁਣ ਕਹਿੰਦਾ ਮਿੱਠਾ ਨੀ ਖਾਂਦਾ ਮੈਂ ਨਾ ਮੈਂ ਨੀ ਖਾਣਾ ਖਾਓ ਖਾਓ ਅਸਤਾ ਦੇਖੀ ਹੁਣ ਹੌਲੀ ਹੌਲੀ ਖਾਣ ਲੱਗਿਆ ਦੇਖੀ ਪਹਿਲਾਂ ਸਾਫ਼ ਦੀ ਬਰਫ਼ੀ ਮੂੰਹ 'ਚ ਆਉਂਦੀ ਸੀਗੀ ਜਦੋਂ ਕੈਮਰੇ ਪੂਰੇ ਉਦੋਂ ਹੌਲੀ ਹੌਲੀ ਬਰਫ਼ੀ ਖਾਂਦੇ ਨੇਗੇ ਨਹੀਂ ਸਾਫ਼ ਦੀ ਲੱਗਦੀ ਸੀ ਆਹੋ ਕੈਮਰੇ ਪੂਰੇ ਆ ਕੇ ਸ਼ਾਹੀ ਖਾਣਾ ਕਹਿ ਦਿੰਦੇ ਹੋ ਕਿਵੇਂ ਪਿੰਦਰ ਹੈ ਬੰਦ ਕਰਨਾ ਖਾਧੀ ਨੀ ਆਉਂਦੀ ਬਰਫ਼ੀ ਨੀ ਖਾਧੀ ਆਉਂਦੀ ਓਏ ਹੈ ਓਏ ਓਏ ਓਏ